ਤੇ ਹੁਣ ਮੈਂ ਤੁਹਾਨੂੰ ਦੱਸਣੀ ਆ ਸਬਜ਼ੀਆਂ ਤੇ ਫਰੂਟ ਦਾ ਰੇਟ। ਕੇਲਾ ਨਹੀਂ ਡਰਿਓ ਮਤ ਡਰਿਓ ਮਤ। ਮਾਰਕੀਟ ਵਿੱਚ ਤੁਸੀਂ ਜਾਸੋ ਤੇ ਰੇਟ ਤੇ ਤੁਹਾਨੂੰ ਮਿਲ ਜਾਸਣ 10 ਰੁਪਏ ਦਾ ਦਰਜਨ। ਸੇ 20 ਰੁਪਏ ਕਿਲੋ। ਨਹੀਂ 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 ਨਹੀਂ। ਤੇ ਅਮਰੂਦ ਤੁਸੀਂ ਰੇਟ ਤੋਂ 200 ਤੇ 15 ਰੁਪਏ ਕਿਲੋ ਤੁਹਾਨੂੰ ਮਿਲ ਜਾਸਣ। ਮਾਲਟੇ ਮਾਲਟੇ 10 ਰੁਪਏ ਕਿਲੋ ਤੇ ਨਾਲ ਹੀ ਸਬਜ਼ੀਆਂ। ਆਲੂ ਲੈ ਲੋ। ਭਿੰਡੀ 20 ਰੁਪਏ ਕਿਲੋ। ਪਾਲਕ 10 ਰੁਪਏ ਕਿਲੋ। ਕਮਾਲ ਕਰਤੀ ਆਪਨੇ। ਗੋਭੀ 15 ਰੁਪਏ ਕਿਲੋ। ਮਟਰ 20 ਰੁਪਏ ਕਿਲੋ। ਆਲੂ 10 ਰੁਪਏ ਕਿਲੋ। ਕਿਧਰ ਹੈ? ਕਮਾਲ ਹੋ ਗਿਆ। ਇਹ ਹੋ ਗਈਆਂ ਸਬਜ਼ੀਆਂ ਤੇ ਫਰੂਟ। ਹੁਣ ਮੈਂ ਤੁਹਾਨੂੰ ਦੱਸਣੀਆਂ ਰਾਸ਼ਨ ਦਾ ਸਮਾਨ। ਘੀ 40 ਰੁਪਏ ਕਿਲੋ। ਆਟਾ ਜਿਹੜਾ 20 ਰੁਪਏ ਤੇ 800 ਦਾ ਮਣ। ਤੇ ਪੱਤੀ 2 ਰੁਪਏ ਦਾ ਪੈਕਟ ਤੇ 10 ਰੁਪਏ ਦਾ ਵੱਡਾ ਪੈਕਟ ਮਿਲਦਾ ਹੈ। ਤੇ ਸਾਬਣ ਲੈਕਸ 20 ਰੁਪਏ ਦਾ ਤੇ ਕੱਪੜੇ ਧੋਣ ਦਾ ਸਾਬਣ 200 5 ਰੁਪਏ ਦਾ। ਹਾਂ ਤੇ ਉਸ ਤੋਂ ਇਲਾਵਾ ਮਾਈਸਾ ਦਾ ਬੰਡਲ 10 ਰੁਪਏ ਦਾ ਤੇ ਛੋਟੇ ਮੋਟੇ ਜਿਹੜੇ ਆ ਲੈਂਦੇ ਸੀ ਆਪਾਂ ਮਿਸਾਲੇ ਗਰਮ ਮਿਸਾਲਾ 5 ਰੁਪਏ ਦਾ ਦਣੀਆਂ ਵੀ 5 ਰੁਪਏ ਦੀਆਂ। ਕਮਾਲ ਹੋ ਗਿਆ। ਅੱਛਾ ਤੇ ਹੁਣ ਤੇ ਮੈਂ ਤੁਹਾਨੂੰ ਦੱਸਿਆ ਕਿਚਨ ਦਾ ਸਾਰਾ ਸਮਾਨ ਤੇ ਨਾਲ ਹੀ ਮੈਂ ਤੁਹਾਨੂੰ ਦੱਸਦੀ ਆ ਗੋਸ਼ਤ ਦਾ ਰੇਟ। ਗੋਸ਼ਤ ਛੋਟਾ ਗੋਸ਼ਤ ਜਿਹੜਾ ਹੈ ਉਹ 20 ਰੁਪਏ ਕਿਲੋ। ਵੱਡਾ ਗੋਸ਼ਤ ਜਿਹੜਾ ਹੈ 50 ਰੁਪਏ ਕਿਲੋ। ਤੇ ਅਗਰ ਤੁਸੀਂ ਅਬਾਸ ਪਠਾਨ ਦੇ ਫੱਟੇ ਤੋਂ ਰਹੇ ਸੋ ਨਾ ਤੇ ਉਹ ਤੁਹਾਨੂੰ ਰੈਤ ਕਰਕੇ 15 ਰੁਪਏ ਕਿਲੋ ਵੀ ਦੇ ਸਕਦਾ ਹੈ। ਤੇ ਵੈਸੇ ਅਗਰ ਮੇਰੇ ਜਿਹੀ ਹਸੀਨ ਤੇ ਖੂਬਸੂਰਤ ਲੜਕੀ ਵਗ ਜਾਵੇ ਤੇ ਮੁਫਤ ਵੀ ਮਿਲ ਜਾਂਦਾ ਹੈ ਤੇ ਆਉਣ ਜਾਣ ਦਾ ਕਿਰਾਇਆ ਵੀ। ਵਾਹ ਵਾਹ ਵਾਹ। ਤੇ ਇਹ ਜਿਹੜੇ ਸਾਰੇ ਤੁਹਾਨੂੰ ਮੈਂ ਰੇਟ ਦੱਸੇ ਇਹ ਸਨ 1990 ਦੇ ਹੈ। ਕਮਾਲ ਹੋ ਗਿਆ। ਇੰਨਾ ਖੁਸ਼ ਹੋਣ ਦੀ ਲੋੜ ਨਹੀਂ ਹੈ। ਜ਼ਰਾ ਤੁਸੀਂ 2023 ਦਾ ਰੇਟ ਸੁਣੋ ਤੇ ਤੁਸੀਂ ਆਪਣੀ ਜਗ੍ਹਾ ਤੋਂ ਹਿੱਲ ਜਾਣਾ। ਕੇਲੇ 200 ਦਾ ਦਰਜਨ। ਰੁਕੋ ਜਰਾ। ਸੇਬ 250 ਦੇ ਕਿਲੋ। ਵਾਂਸ ਮੋਰ ਵਾਂਸ ਮੋਰ। ਤੇ ਰਹਿ ਗਏ ਅਮਰੂਦ 100 ਰੁਪਏ ਕਿਲੋ। ਮਾਲਟੇ ਉਹ ਵੀ 100 ਰੁਪਏ ਦੇ ਕਿਲੋ। ਤੇ ਗੋਸ਼ਤ ਉਹ ਜਰਾ ਤੁਸੀਂ ਸੁਣੋ ਛੋਟਾ ਗੋਸ਼ਤ ਜਿਹੜਾ 500 ਦਾ ਕਿਲੋ। ਤੇ ਜਿਹੜਾ ਵੱਡਾ ਉਹ 600 ਦਾ ਕਿਲੋ। प्याज भी 400 ਦੇ ਕਿਲੋ ਹੋ ਗਏ ਨੇ। ਓਹੋ ਨਹੀਂ ਦੇਖਾ ਜਾ ਰਹਾ ਯਾਰ, ਨਹੀਂ ਦੇਖਾ ਜਾ ਰਹਾ। ਹੁਣ ਆ ਰਿਹਾ ਤੁਹਾਨੂੰ ਮਜ਼ਾ ਸੁਣ ਕੇ। ਤੇਰਾ ਬਾਪ ਯਾਰ ਛੋੜ ਕਰ ਗਿਆ ਤਾਂ ਕਿ ਤੇਰੀ ਮਾਂ। ਤੇ ਵੈਸੇ ਮੇਰਾ ਆਈਡੀਆ ਜਿਹੜਾ ਹੈ ਮੈਂ ਗੈਸ ਕਰ ਰਹੀ ਆ ਤੇ ਤੁਹਾਡੇ ਸਾਰਿਆਂ ਵਾਸਤੇ ਵੀ ਅੱਛਾ ਹੈ। ਸਰਦੀਆਂ ਦਾ ਮੌਸਮ ਹੈ ਤੇ ਵੈਸੇ ਵੀ ਸਾਗ ਆਪਣੇ ਆਪਣੇ ਘਰਾਂ ਦੇ ਵਿੱਚ ਸਾਗ ਬਣਾਓ ਤੇ 8-8 ਦਿਨ ਖਾਓ ਬੈ ਕੇ ਆਰਾਮ ਨਾਲ। ये बड़ी अच्छी बात कही है। ओहो ते जेडी मेन खबर आई ओ ते मैं तुहानु दस्सी भी नहीं। जिस टाइम तुसी सुननी है ते तुहानु मच्चा लग जानी है। ओ माय गॉड। ते तुसी तीनी दी खबर सुन के जानी है नहीं ता चैनल वाले मेनू तनखा नहीं देनी। अबे जल्दी बोल, कल सुबह पनवेल निकलना है। ते मैं तुहानु दसा आटा जेने पीछे पूरी आवाम जुतियां ला के भजी फिरदी है। हे कुमार छिता दी सौदा हो गया है। आपने सबसे पहले घबराना नहीं। ते रह गया घी। ए भी कोई नहीं सस्ता। घी कितना 540। मारो मुझे मारो मारो मुझे मारो मारो। ते चीनी चीनी भी 100 रुपए दी किलो है। 200 हुन महंगाई है कि नहीं? मजा आ रहे सारे। वाह क्या सीन है। यकीनन ਤੁਹਾਨੂੰ ਬੁਰੀਆਂ ਨਹੀਂ ਲੱਗੀਆਂ ਹੋਣੀਆਂ, ਅੱਛੀਆਂ ਤੇ ਲੱਗੀਆਂ ਨਹੀਂ ਹੋਣੀਆਂ ਰੇਟ ਸੁਣ ਕੇ। ਚਲੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ। ਅੱਲਾ ਹਾਫਿਜ਼। ਮਜ਼ਾ ਆਇਆ।